ਸੂਬਾ ਜਨਰਲ ਸਕਤਰ ਸਰਵਨ ਸਿੰਘ ਪੰਦੇਰ ਬੋਲਦਾ ਜੀ ਅੱਜ ਸਾਡੀ ਕਿਸਾਨ ਮਜ਼ਦੂਰ ਸ਼ਕਰਸ਼ ਕਮੇਟੀ ਦਾ ਜਿਹੜਾ ਰੇਲ ਰੋਕੋ ਅੰਦੋਲਨ ਆ ਉਹ 8ਵੇਂ ਦਿਨ ਵਿੱਚ ਦਾਖਲ ਹੋ ਗਿਆ ਵਾ ਅੱਜ ਪੰਜਾਬ ਵਿਆਪੀ ਰੇਲ ਰੋਕੋ ਅੰਦੋਲਨ ਚੱਲਣਾ ਵਾ ਅਸੀਂ 1 ਅਕਤੂਬਰ ਤੋਂ ਇੱਕ ਹਫਤਾ ਸੰਜੇ ਸੰਘਰਸ਼ਾਂ ਦੇ ਨਾਂ ਕਰ ਦਿੱਤਾ ਵਾ ਸਾਰਿਆਂ ਨਾਲ ਰਲ ਕੇ ਇਹ ਕਾਲੇ ਕਾਨੂੰਨ ਰੱਦ ਕਰਾਵਾਂਗੇ ਅੱਜ ਪੰਜਾਬ ਦੀਆਂ ਬਹੁਤ ਸਾਰੀਆਂ ਜਥੇਬੰਦੀਆਂ ਸ਼ਾਪਿੰਗ ਮਾਲ ਗਡਾਮ ਤੇ ਪੈਟਰੋਲ ਪੰਪ ਜਿਹੜੇ ਅਡਾਨੀ ਦੇ ਨੇ ਉਹਦੇ ਖਿਲਾਫ ਧਰਨੇ ਮਜਾਰੇ ਕਰ ਰਹੀਆਂ ਨੇ ਅਸੀਂ ਪੂਰੀ ਤਰ੍ਹਾਂ ਉਹਨਾਂ ਦਾ ਸਾਥ ਦੇਵਾਂਗੇ ਨਾਲ ਅੰਦੋਲਨ ਵਿੱਚ ਸ਼ਾਮਲ ਹੋਵਾਂਗੇ ਅੱਜ ਸਾਡੀ ਜਥੇਬੰਦੀ ਵੱਲੋਂ ਅਡਾਨੀ ਤੇ ਅਮਾਨੀ ਦਾ ਅਰਥੀ ਫੂਕ ਮਜਾਰਾ ਕੀਤਾ ਗਿਆ ਤੇ ਪੂਰੇ ਦੇਸ਼ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਰਾਗੀਆਂ ਤੇ ਢਾਡੀਆਂ ਨੂੰ ਪੰਜਾਬ ਦੇ ਗਾਇਕਾਂ ਤੇ ਐਕਸਟਰਾ ਨੂੰ ਹੱਥ ਜੋੜ ਕੇ ਝੋਲੀ ਅੱਡ ਕੇ ਅਪੀਲ ਕੀਤੀ ਆ ਵੀ ਉਹ ਕਾਰਪੋਰੇਟ ਘਰਾਣਿਆਂ ਦੀਆਂ ਵਸਤੂਆਂ ਦੇ ਬਾਈਕਾਟ ਦੇ ਵਿੱਚ ਪੂਰੀ ਤਰ੍ਹਾਂ ਅੱਗੇ ਲੱਕੇ ਸਹਿਯੋਗ ਕਰਕੇ ਇਹਨਾਂ ਦਾ ਬਾਈਕਾਟ ਕਰਾਉਣ ਜੇਹੀ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਤੇ ਦੇਸ਼ ਵਿੱਚੋਂ ਕੱਢਣ ਚ ਕਾਮਯਾਬ ਹੋ ਗਏ ਤੇ ਇੱਥੇ ਕਿਸਾਨਾਂ ਮਜ਼ਦੂਰਾਂ ਦਾ ਰਾਜ ਆਊਗਾ ਉਹ ਸਾਡਾ ਰਾਜ ਹੋਊਗਾ ਸਾਡੀਆਂ ਲੋੜਾਂ ਦੇ ਮੁਤਾਬਕ ਚੱਲੂਗਾ ਇਹ ਤੋਂ ਗਾਹਾਂ ਅੱਜ ਜੜੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਸਾਡੇ ਮੁਕਾਬਲੇ ਪੈਰਲਲ ਪ੍ਰੋਗਰਾਮ ਦੇ ਕੇ ਅੱਜ ਕੱਲ੍ਹ ਹੀ ਦਲ ਕਰ ਰਹੀਆਂ ਕੱਲ ਤੇ ਪਰਸੋ ਕਾਂਗਰਸ ਕਰ ਰਹੀ ਆ ਆਪੋਚ ਉਹਦੀ ਵੇਖ ਲੋ ਇਹਨਾਂ ਡੇਟਾ ਕਿਹੜੇ ਚੰਗੇ ਤਰੀਕੇ ਨਾਲ ਵੰਡ ਲੀਆਂ ਵਾ ਵੀ ਇੱਕ ਦਿਨ ਤੁਸੀਂ ਇੱਕ ਦਿਨ ਜਿਹੜੇ ਕਾਰਪੋਰੇਟ ਘਰਾਣੇ ਇਹਨਾਂ ਸਾਰਿਆਂ ਤੇ ਦਬਾਅ ਪਾ ਰਹੇ ਆ ਵੀ ਪੰਜਾਬ ਦਾ ਅੰਦੋਲਨ ਸ਼ਹੀਰਾ ਤੇ ਤੁਰ ਪਿਆ ਵਾ ਪੰਜਾਬ ਦਾ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਇਹਨਾਂ ਦੀਆਂ ਜੜਾ ਪੁੱਟਣ ਵਾਲੇ ਪਾਸੇ ਚੱਲ ਰਹੀ ਆ ਤੇ ਉਹ ਕਿਸਾਨ ਮਜ਼ਦੂਰ ਲਹਿਰ ਦਾ ਨੁਕਸਾਨ ਕਰ ਲਈ ਇਹਨੂੰ ਪਟੜੀ ਤੋਂ ਲੀਹਾਂ ਲਾਉਣ ਲਈ ਸਾਡੇ ਬਰਾਬਰ ਤੇ ਸਾਡੇ ਵਰਗੇ ਅੰਦੋਲਨ ਛੇੜੇ ਆ ਇਹੀ ਕਾਲੀ ਦਾ ਲਿਆ ਜਿਹੜਾ ਬਿੱਲਾਂ ਦੇ ਹੱਕ ਵਿੱਚ ਲਗਾਤਾਰ ਬੋਲਦਾ ਰਿਹਾ ਇਹੀ ਅਕਾਲੀ ਦਲ ਆ ਜਿਨੇ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਛਿੱਕੇ ਤੇ ਟੰਗ ਛੱਡਿਆ ਇਹੀ ਅਕਾਲੀ ਦਲ ਬਾਦਲਿਆ ਜਿਹਦੇ ਤੇ ਬਾਈਬਲ ਕਲਾਂ ਗੋਲੀ ਕਾਂਢ ਤੇ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੇ ਬਦਬੀ ਦੇ ਜਿਹੜੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਜਿਨ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਵਾ ਉਹੀ ਗਾਂਧੀ ਪਰਿਵਾਰ ਆ ਜਿੰਨੂੰ ਹੁਣ ਅੱਗੇ ਲਾ ਕੇ ਪੰਜਾਬ ਦੇ ਕੋਹਲਾਂ ਨੂੰ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਰਾਹੁਲ ਗਾਂਧੀ ਜੀ ਪੰਜਾਬ ਆ ਰਹੇ ਆ ਉੱਥੇ ਦਿੱਲੀ ਚ ਨਹੀਂ ਵਿਰੋਧ ਹੋ ਸਕਦਾ ਇਹਦਾ ਸੋ ਰਾਜ ਸਭਾ ਦੇ ਵਿੱਚ ਬਹੁਮਤ ਨਹੀਂ ਸੀਗਾ ਭਾਜਪਾ ਦਾ ਬਿੱਲ ਕਿਉਂ ਪਾਸ ਹੋ ਗਿਆ ਵੀ ਵਿਰੋਧੀ ਧਿਰਾਂ ਨੇ ਵਿਪ ਜਾਰੀ ਕਰਕੇ ਆਪਦੇ ਐਮਪੀ ਹੀ ਜ਼ਿਆਦਾ ਸੰਖਿਆ ਵਿੱਚ ਸੱਦੇ ਹੀ ਨਹੀਂ ਉੱਥੇ ਡਰਾਮਾ ਕਰ ਲਿਆ ਬਿੱਲਾਂ ਦੀਆਂ ਕਾਪੀਆਂ ਪਾੜ ਕੇ ਚੇਅਰਮੈਨ ਦੇ ਮੂੰਹ ਤੇ ਮਾਰ ਲੀਆਂ ਖਬਰਾਂ ਬਣਾਉਂਦੀਆਂ ਤੇ ਬਿੱਲ ਵੀ ਪਾਸ ਕਰਵਾ ਕੇ ਠਾਹ ਮਾਰਿਆ ਸੋ ਇਸ ਕਰਕੇ ਵਿਰੋਧੀ ਧਰਾਂ ਦਾ ਰੋਲ ਛੱਕੀ ਰੋਲ ਆ ਸੋ ਅੱਜ ਜੋ ਕੁਝ ਕਿਸਾਨਾਂ ਮਜ਼ਦੂਰਾਂ ਦੇ ਘੋਲ ਨੂੰ ਨੁਕਸਾਨ ਕਰ ਲਈ ਜਿਵੇਂ ਸਾਡੇ ਬਰਾਬਰ ਤੇ ਘੋਲ ਸਾਡੇ ਵਰਗੇ ਵਿਖਾਲੇ ਜਾ ਰਹੇ ਆ ਕਿਸਾਨ ਮਜ਼ਦੂਰ ਭਰਾਓ ਇਹਨਾਂ ਦਾ ਇਹਨਾਂ ਕੋਲ ਨਾ ਕੋਈ ਲੈਣਾ ਦੇਣਾ ਨਹੀਂ ਅਕਾਲੀ ਦਲ ਦਾ ਪਾਣੀ ਦਾ ਮੋਰਚਾ ਪਾਣੀਆਂ ਦਾ ਉਹਦਾ ਕੀ ਬਣਿਆ ਉਹਨੇ ਲੱਖਾਂ ਪੰਜਾਬ ਦੀ ਜਵਾਨੀ ਦਾ ਕਹਾਨ ਕਰਾਇਆ ਸੋ ਇਹ ਇਕੱਲੇ ਤੇ ਇਕੱਲੇ ਸਾਡੇ ਕੋਲਾਂ ਨੂੰ ਹਥਿਆਣਾ ਚਾਹੁੰਦੇ ਆ ਅਸੀਂ ਕੋਲ ਹਥਿਆਣ ਨਹੀਂ ਦੇਣੇ ਸੋ ਪੰਜਾਬ ਦੇ ਲੋਕੋ ਜਾਗਦੇ ਰਹੋ ਜਿਸ ਤਰੀਕੇ ਨਾਲ ਸਾਡਾ ਕੋਲ ਚੱਲ ਰਿਹਾ ਕੋਈ ਸ਼ਰਾਰਤੀ ਬੰਦਾ ਕੋਲਾਂ ਵਿੱਚ ਦਾਖਲ ਨਹੀਂ ਹੋਣ ਦੇਣਾ ਅੱਜ 1 ਅਕਤੂਬਰ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਵੱਡਾ ਇੱਥੇ ਕੱਟ ਕਰਨ ਦਾ ਸੱਦਾ ਦਿੱਤਾ ਸਾਨੂੰ ਆਸ ਆ ਵੀ ਪੂਰਨ ਹੋਵੇ ਚਾਣਗੇ ਜਿਹੜੀ 8 ਮੈਂਬਰੀ ਕਮੇਟੀ ਸਰਕਾਰ ਨੇ ਬਣਾਈਆਂ ਪੀਹੇ ਕਿਸਾਨ ਆਗੂਆਂ ਦੇ ਸ਼ੰਕੇ ਦੂਰ ਕਰੂਗੀ ਅਸੀਂ ਕਹਿਣਾ ਚਾਹੁੰਨੇ ਵੀ ਸਾਨੂੰ ਪੂਰਾ ਯਕੀਨ ਆ ਸਾਡਾ ਸ਼ੰਕਾ ਕੋਈ ਨਹੀਂਗਾ ਪੀਹੇ ਜਿਹੜੇ ਕਾਨੂੰਨ ਆ ਇਹ ਕਾਰਪੋਰੇਟ ਘਰਾਣਿਆਂ ਦਾ ਆਰਥਿਕ ਮਾਡਲ ਵਿਕਾਸ ਕਰਨੂ ਆ ਇਹ ਕਿਸਾਨਾਂ ਮਜ਼ਦੂਰਾਂ ਦੇ ਨੁਕਸਾਨ ਚ ਆ ਅਸੀਂ ਉਹ ਕਮੇਟੀ ਦੇ ਸ਼ੰਕੇ ਦੂਰ ਕਰਦਾਂਗੇ ਉਸ ਕਮੇਟੀ ਨੂੰ ਸਮਝਾ ਕੇ ਕੱਲਾਂਗੇ ਇੱਕ ਇੱਕ ਲਾਈਨ ਪੜ ਕੇ ਪੀਹੇ ਦੀਆਂ ਮੱਧਾਂ ਕਿੰਨੀਆਂ ਮਾਰੀਆਂ ਉਹ ਜਾ ਕੇ ਮੋਦੀ ਨੂੰ ਕਹਿ ਕੇ ਇਹ ਕਾਨੂੰਨ ਵਾਪਸ ਕਰਾਊਗੀ ਤੇ ਗਾਹਾਂ ਕਾਨੂੰਨ ਕਿਸਾਨਾਂ ਮਜ਼ਦੂਰਾਂ ਦੇ ਹੱਕ ਤੇ ਖੇਤੀ ਦੇ ਹੱਕ ਦੇ ਲੈ ਕੇ ਆਵਾਂਗੇ ਸੋ ਸਾਰਿਆਂ ਦਾ ਤੁਹਾਨੂੰ